ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਰਿਜ਼ਲਟਸ ਲੈ ਕੇ ਤੁਹਾਡੇ ਰੂਬਰੂ ਹਾਂ ਜੀ। ਹਰ ਵਾਰ ਤੁਹਾਡੇ ਨਾਲ ਜਦੋਂ ਪੋਜ਼ਿਟਿਵ ਰਿਜ਼ਲਟਸ ਆਉਂਦੇ ਨੇ ਮੈਂ ਸ਼ੇਅਰ ਕਰਦਾ ਤਾਂ ਜੋ ਕੰਪਨੀ ਦੀ ਪਰਫੋਰਮੈਂਸ ਆ ਜਿਹੜੀ ਉਹ ਸਰੋਤਿਆਂ ਨੂੰ ਪਤਾ ਲੱਗਦੀ ਰਹੇ, ਕਿਉਂਕਿ ਤੁਸੀਂ ਜਿੰਨੀਆਂ ਮਰਜ਼ੀ ਵਧੀਆ ਗੱਲਾਂ ਔਨਲਾਈਨ ਬੈਠ ਕੇ ਕਰ ਰਹੇ ਹੋ, ਤੁਸੀਂ ਜਿੰਨਾ ਮਰਜ਼ੀ ਵਧੀਆ ਆਫਿਸ ਬਣਾ ਰਹੇ ਹੋ, ਪਰ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਆ ਉਹ ਇਹ ਹੁੰਦੀ ਹੈ ਕਿ ਤੁਸੀਂ ਕਿੰਨੇ ਲੋਕਾਂ ਦੇ ਸੁਪਨੇ ਪੂਰੇ ਕਰ ਰਹੇ ਹੋ। ਜਿਹੜੀ ਸਰਵਿਸ ਤੁਸੀਂ ਦੇਣ ਦੇ ਲਈ ਆਫਿਸ ਖੋਲ੍ਹੇ ਨੇ, ਐਡਵਰਟੀਜ਼ਮੈਂਟ ਕਰ ਰਹੇ ਹੋ, ਉਹ ਸਰਵਿਸਿਜ਼ ਦੇ ਵਿੱਚ ਤੁਹਾਡੀ ਪਰਫੋਰਮੈਂਸ ਕਿੱਦਾਂ ਦੀ ਆ। ਸੋ ਰਿਜ਼ਲਟਸ ਦਿਖਾਉਣ ਦੇ ਨਾਲ ਤੁਹਾਨੂੰ ਸਾਡੀ ਪਰਫੋਰਮੈਂਸ ਦਾ ਪਤਾ ਲੱਗਦਾ। ਦੋਸਤੋ ਗੱਲ ਇਕੱਲੇ ਕੈਨੇਡਾ ਦੀ ਕਰਦਾ, ਹਰ ਵਾਰ ਕੈਨੇਡਾ ਨਾਲ ਸੰਬੰਧਿਤ ਹੀ ਕੇਸ ਅਪਲਾਈ ਕਰਦੀ ਹੈ ਕੰਪਨੀ, ਬਟ ਕੈਨੇਡਾ ਨਾਲ ਸੰਬੰਧਿਤ ਹਰ ਤਰ੍ਹਾਂ ਦਾ ਪ੍ਰੋਫਾਈਲ ਅਸੀਂ ਡੀਲ ਕਰਦੇ ਹਾਂ। ਚਾਹੇ ਤੁਸੀਂ ਸਟੂਡੈਂਟ ਹੋ, ਚਾਹੇ ਤੁਸੀਂ ਵਿਜ਼ਿਟਰ ਹੋ, ਚਾਹੇ ਤੁਸੀਂ ਸੁਪਰ ਵੀਜ਼ਾ 'ਤੇ ਆਪਣੇ ਪੇਰੈਂਟਸ ਨੂੰ ਬੁਲਾਉਣਾ, ਪਰਮਾਨੈਂਟ ਰੈਜੀਡੈਂਸੀ ਅਪਲਾਈ ਕਰਨੀ ਆ, ਸਪਾਊਸਲ ਡਿਪੈਂਡੈਂਟ ਕੇਸ ਅਪਲਾਈ ਕਰਨੇ ਨੇ, ਆਲਮੋਸਟ ਮਾਲਵੇ ਦੇ ਹਰ ਸ਼ਹਿਰ ਦੇ ਵਿੱਚ ਆਪਣਾ ਆਫਿਸ ਆ। ਕੈਨੇਡਾ ਦੇ ਵਿੱਚ ਰੂਟੀਨ ਸ਼ੁਰੂ ਹੋ ਚੁੱਕੀ ਆ ਆਫਿਸਿਸ ਦੀ, ਬਰੈਂਪਟਨ ਦੇ ਵਿੱਚ ਖੁੱਲ੍ਹ ਚੁੱਕਿਆ, ਇਸੇ ਸਾਲ ਅਪਰੋਕਸੀਮੇਟਲੀ ਦੋ ਆਫਿਸਿਸ ਹੋਰ ਵੈਨਕੂਵਰ ਅਤੇ ਅਲਬਰਟਾ ਦੇ ਕਿਸੇ ਸ਼ਹਿਰ ਦੇ ਵਿੱਚ, ਮੇਨਲੀ ਕੈਲਗਰੀ ਹੀ ਅਸੀਂ ਪ੍ਰੈਫਰ ਕਰਾਂਗੇ, ਉੱਥੇ ਇਸ ਈਅਰ ਦੇ ਵਿੱਚ ਓਪਨ ਆਫਿਸ ਹੋ ਜਾਣਗੇ, ਤਾਂ ਜੋ ਮੇਰੇ ਜਿਹੜੇ ਉੱਥੇ ਕੈਂਡੀਡੇਟਸ ਨੇ ਉਹਨਾਂ ਨੂੰ ਪ੍ਰੋਬਲਮ ਨਾ ਹੋਈ ਆਵੇ। ਦੋਸਤੋ ਜਿਹੜੇ ਅੱਜ ਪਾਸਪੋਰਟ ਰਿਸੀਵ ਹੋਏ ਨੇ ਉਹਨਾਂ ਵਿੱਚ ਸਟੂਡੈਂਟ ਨੇ 10, 8 ਸਿੰਗਲ ਕੈਂਡੀਡੇਟਸ ਨੇ, 2 ਉਹ ਕੈਂਡੀਡੇਟ ਨੇ ਜਿਹੜੇ ਆਪਣੇ ਸਪਾਊਸ ਦੇ ਨਾਲ ਓਪਨ 'ਤੇ ਚੱਲੇ ਨੇ। ਸਪਾਊਸ ਦੇ ਆਏ ਨੇ 4 ਓਪਨ ਸਪਾਊਸ ਓਪਨ ਵਰਕ ਪਰਮਿਟ ਦੇ, 4 ਪਾਸਪੋਰਟ ਆਏ ਨੇ ਅਤੇ 6 ਆਏ ਨੇ ਵਿਜ਼ਟਰ ਵੀਜ਼ਾ ਦੇ। ਸੋ ਦੋਸਤੋ ਇਹ ਉਹ ਸਟੂਡੈਂਟਸ ਜਿਹੜੇ ਜਨਵਰੀ ਮਈ ਜਾਂ ਅਗਲੇ ਸਪਟੰਬਰ ਸੈਸ਼ਨ ਦੇ ਵਿੱਚ ਇਹਨਾਂ ਨੇ ਕੈਨੇਡਾ ਪੜ੍ਹਨ ਦੇ ਲਈ ਜਾਣਾ। ਦੋਸਤੋ ਜਿਵੇਂ GIC ਵੱਧ ਚੁੱਕਿਆ ਤੁਹਾਨੂੰ ਸਭ ਨੂੰ ਪਤਾ, ਬਟ ਮੈਂ ਇਹ ਕਹਿੰਦਾ ਹੁੰਦਾ ਕਿ ਜਦੋਂ ਵੀ ਸਰਕਾਰਾਂ ਕੁਛ ਅਮੈਂਡਮੈਂਟਸ ਕਰਦੀਆਂ ਨੇ ਤਾਂ ਉਹਨਾਂ ਪਿੱਛੇ ਬੜੇ ਹੀ ਡੂੰਘੇ ਉਹਨਾਂ ਦੇ ਤੱਥ ਕੱਢੇ ਹੁੰਦੇ ਨੇ। ਉਹਨਾਂ ਨੇ ਜੋ ਪਲਾਨ ਬਣਾਏ ਨੇ, ਅੱਗੇ ਮੈਨੂੰ ਇਹ ਲੱਗਦਾ ਸੀ ਕਿ ਉਹ ਉਹਨਾਂ ਦਾ ਸਾਰਾ ਫੋਕਸ ਸਿਰਫ ਅਤੇ ਸਿਰਫ ਆਪਦੇ ਅਕਾਊਂਟ ਦੇ ਵਿੱਚ ਪੈਸੇ ਲਿਆਉਣਾ ਅਤੇ ਉਹ ਕਿਸ਼ਤ ਨਾ 2 ਸਾਲ ਕਰਦੇ ਨੇ ਜਿਵੇਂ 2 ਸਾਲ ਦੇ ਐਕਸਪੈਂਡੀਚਰਸ ਕਹਿੰਦੇ ਸੀ, ਬਟ ਨਹੀਂ। ਜੇ ਤੁਸੀਂ ICIC ਦੀ ਗੱਲ ਕਰਦੇ ਹੋ ਤਾਂ ਕਹਿੰਦੇ ਆ ਵੀ 8,000 ਦੀ ਪਹਿਲੀ ਇੰਸਟਾਲਮੈਂਟ ਹੀ ਦੇ ਦਿਆਂਗੇ ਅਸੀਂ ਤੁਹਾਨੂੰ। ਸੋ ਮੁੱਖ ਕਾਰਨ ਇਹੀ ਆ ਕਿ ਅਨੀਸ਼ੀਅਲ ਜਿਹੜੇ ਦਿਨ ਨੇ, ਜਿਹੜਾ ਪਹਿਲੇ 8-9 ਮਹੀਨੇ ਸਾਲ ਨੇ, ਉਹਦੇ ਦੌਰਾਨ ਬੱਚੇ ਨੂੰ ਫਾਈਨੈਂਸ਼ੀਅਲ ਕ੍ਰਾਈਸਿਸ ਦਾ ਸਾਹਮਣਾ ਨਾ ਕਰਨਾ ਪਵੇ। ਕੋਈ ਵੀ ਕੰਟਰੀ, ਕੋਈ ਵੀ ਦੁਨੀਆ ਦੀ ਕੰਟਰੀ ਐਸੀ ਨਹੀਂ ਹੈ ਜਿਹੜੀ ਤੁਹਾਨੂੰ, ਜਿੱਥੇ ਤੁਸੀਂ ਜਾਨਸਾਰ ਫਿਟਨ ਹੋ ਜਾਓ, ਜਿੱਥੇ ਤੁਹਾਡੀ ਮਰਜ਼ੀ ਦੇ ਹਿਸਾਬ ਦੇ ਨਾਲ ਮੌਸਮ, ਮਰਜ਼ੀ ਦੇ ਹਿਸਾਬ ਦੇ ਨਾਲ ਪ੍ਰਸ਼ਾਦੇ, ਮਰਜ਼ੀ ਦੇ ਹਿਸਾਬ ਦੇ ਨਾਲ ਕੰਮ, ਸਾਰਾ ਕੁਛ ਤੁਹਾਨੂੰ ਮਿਲਣ ਲੱਗ ਜਾਏ। ਮੈਂ ਤਾਂ ਇਹ ਕਹਿੰਦਾ ਕੈਨੇਡਾ ਉਹੀ ਬੱਚੇ ਜਾਓ ਜਿਹੜੇ 4-5 ਸਾਲ ਕੰਡਿਆਂ ਦੀ ਸੇਜ ਹੰਢਾ ਸਕਦੇ ਆ, ਜਿਨ੍ਹਾਂ ਨੂੰ ਲੱਗਦਾ ਕਿ ਅਸੀਂ ਇੱਥੇ ਭਾਈ ਬਹੁਤ ਖੁਸ਼ ਹਾਂ। ਇਹਨੂੰ ਸਰਕੈਸਟਿਕਲੀ ਨਾ ਲਿਓ, ਇਹ ਮਤਲਬ ਮੈਂ ਬਹੁਤ ਹੀ ਕਲੀਅਰ ਹੋ ਕੇ ਇਹ ਗੱਲ ਕਹਿ ਰਿਹਾ, ਜਿਹਨੂੰ ਲੱਗਦਾ ਕਿ ਅਸੀਂ ਇੱਥੇ ਬੈਟਰ ਕਰ ਸਕਦੇ ਹਾਂ ਆਪਦੇ ਘਰ 'ਚ ਰਹਿ ਕੇ, ਉਹਨੂੰ ਜਾਣ ਦੀ ਲੋੜ ਨਹੀਂ ਹੈ। ਉੱਥੇ ਸਿਰਫ ਉਹੀ ਬੱਚੇ ਜਾਣ ਜਿਨ੍ਹਾਂ ਨੂੰ ਐਕਸਪੋਜ਼ਰ ਚਾਹੀਦਾ, ਅਤੇ ਉਹ ਆਪਦੇ ਉਸ ਐਕਸਪੋਜ਼ਰ ਖਾਤਰ ਦੁੱਖ ਝੱਲ ਸਕਦੇ ਨੇ, ਤਕਲੀਫ ਝੱਲ ਸਕਦੇ ਨੇ, ਰਾਤਾਂ ਜਾਗ ਕੇ ਨਿਗਾ ਸਕਦੇ ਨੇ, ਭੁੱਖ ਘੱਟ ਸਕਦੇ ਨੇ, ਕਿਉਂਕਿ ਇਹੀ ਜ਼ਿੰਦਗੀ ਦੀ ਇੰਪੋਰਟੈਂਟ ਚੀਜ਼ ਆ ਕਿ ਤੁਸੀਂ ਕੁਛ ਕਰਨਾ ਆ, ਜੇ ਤੁਸੀਂ ਜ਼ਿੰਦਗੀ 'ਚ ਕੁਛ ਬਣਨਾ ਆ ਉਹਦੇ ਲਈ ਤੁਹਾਨੂੰ ਕੁਛ ਨਾ ਕੁਛ ਗਵਾਉਣਾ ਪਊਗਾ। ਇਹ ਉਹ 4 ਪਾਸਪੋਰਟ ਨੇ ਦੋਸਤੋ ਜਿਹੜੇ ਓਪਨ 'ਤੇ ਚੱਲੇ ਨੇ ਕੈਂਡੀਡੇਟ। ਇਹਨਾਂ ਵਿੱਚ ਇਹ ਸਪਾਊਸ ਇਕੱਠੇ ਕੈਨੇਡਾ ਮੂਵ ਹੋ ਰਹੇ ਨੇ, 2 ਜਾਣੇ ਸਟੂਡੈਂਟ ਐਂਡ ਸਪਾਊਸਲ ਓਪਨ ਵਰਕ ਪਰਮਿਟ। ਸੋ ਦੋਸਤੋ ਇਹ ਉਹ ਕੈਂਡੀਡੇਟ ਨੇ ਜਿਨ੍ਹਾਂ ਦੇ ਸਿੰਗਲ, ਜਿਨ੍ਹਾਂ ਦੇ ਆਲਰੇਡੀ
ਸਪਾਊਸ ਕੈਨੇਡਾ ਦੇ ਵਿੱਚ ਪੜ੍ਹ ਰਹੇ ਸੀ ਜਾਂ ਵਰਕ ਪਰਮਿਟ 'ਤੇ ਸੀ। ਇਹ ਉਹ ਕੈਂਡੀਡੇਟ ਨੇ ਜਿਹੜੇ ਵਿਜ਼ਿਟਰ ਲੈ ਕੇ ਜਾ ਰਹੇ ਨੇ। ਦੋਸਤੋ ਤੁਸੀਂ ਦੇਖੋਗੇ ਕਿ ਮੈਕਰੋ ਗਲੋਬਲ ਇੱਕ ਅਜਿਹੀ ਕੰਪਨੀ ਆ ਜਿਹਦੇ ਕੋਲ ਹਰ ਕੈਟਾਗਰੀ ਨਾਲ ਸੰਬੰਧਿਤ ਕੈਨੇਡਾ ਦਾ ਵੀਜ਼ਾ ਤੁਹਾਨੂੰ ਮਿਲੇਗਾ ਦੇਖਣ ਨੂੰ। ਜੇ ਮੈਂ GD ਇਮੀਗ੍ਰੇਸ਼ਨ ਬਰੈਂਪਟਨ ਕੈਂਪਸ ਦੀ ਗੱਲ ਕਰਾਂ, ਬਰੈਂਪਟਨ ਆਫਿਸ ਦੀ ਗੱਲ ਕਰਾਂ, ਤਾਂ ਤੁਸੀਂ ਇਹ ਦੇਖੋਗੇ ਕਿ ਉੱਥੇ ਸਾਡੇ ਕੋਲ ਹਰ ਰੋਜ਼ LMIA ਨਾਲ ਸੰਬੰਧਿਤ ਰਿਜ਼ਲਟਸ ਆਉਂਦੇ ਨੇ, ਉੱਥੇ TRP ਨਾਲ ਸੰਬੰਧਿਤ ਰਿਜ਼ਲਟਸ ਆਉਂਦੇ ਨੇ, ਪਰਮਾਨੈਂਟ ਰੈਜ਼ੀਡੈਂਸੀਜ਼ ਬੱਚਿਆਂ ਦੀਆਂ ਪ੍ਰੋਸੈਸ ਹੋਈਆਂ ਹੋਈਆਂ, ਸਪਾਊਸਲ ਡਿਪੈਂਡੈਂਟ ਵੀਜ਼ਾਸ ਪ੍ਰੋਸੈਸ ਹੋ ਰਹੇ ਨੇ। ਸੋ ਦੋਸਤੋ ਇੱਕੋ ਛੱਤ ਥੱਲੇ ਤੁਸੀਂ IELTS ਤੋਂ ਲੈ ਕੇ ਪਰਮਾਨੈਂਟ ਹੋਣ ਤੱਕ ਦੀਆਂ ਸਾਰੀਆਂ ਸੇਵਾਵਾਂ ਪ੍ਰਾਪਤ ਕਰ ਸਕਦੇ ਹੋ। ਜੇ ਦੋਸਤੋ ਤੁਸੀਂ ਵੀ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਕੇਸ ਨੂੰ ਡੀਲ ਕਰੀਏ, ਤੁਹਾਨੂੰ ਸਰਵਿਸਿਜ਼ ਦੇਈਏ, ਤਾਂ ਤੁਸੀਂ ਕਿਸੇ ਵੀ ਨਜ਼ਦੀਕੀ ਬ੍ਰਾਂਚ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਥੈਂਕ ਯੂ ਵੈਰੀ ਮੱਚ।